सत श्री अकाल, स्वागत है तुहाडा सारिआं दा एन आर आई वर्ड दे विच। मैं हाँ रुपिंदर कौर। एन आर आई वर्ड विच अज असीं खास तौर ते गलबात करन जा रहे हां 28 अप्रैल नूं होण जा रहे पिंक एटीट्यूड गाला इवेंट दे संबंध विच। नाल ही गल करांगे कि जे बिरियाट्रिक सर्जरी लई जे किसी ने इंडिया जाना है तां COVID-19 पेंडेमिक दे दौरान किस तरह दे इंतजाम कीते गए ने। सो आओ शुरू करदे हां एन आर आई वर्ड। 28 अप्रैल नूं होण जा रहा है पिंक एटीट्यूड गाला इवेंट, पर इस बार पेंडेमिक दे चलदियां यह इवेंट वर्चुअली ऑर्गेनाइज किया जा रहा है। पर मोटिव यही है कि गेम चेंजिंग साउथ एशियन विमेंस नूं सैलीब्रेट किया जाए। इस बार दे इवेंट विच की कुछ होएगा खास, ऐसे संबंधी गलबात करन लई साडे नाल जुड़ रहे ने पिंक एटीट्यूड गाला इवेंट तो करण ते प्रियंका। सत श्री अकाल करण एंड प्रियंका, बहुत बहुत धन्यवाद पीटीसी पंजाबी दे नाल जुड़न दे लई। थैंक यू रुपिंदर। ਤੁਹਾਡੇ ਤੋਂ ਜਾਣਨਾ ਚਾਹਾਂਗੇ ਪਿੰਕ ਐਟੀਟਿਊਡ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਪਿੰਕ ਐਟੀਟਿਊਡ ਆਖਿਰ ਹੈ ਕੀ ਤੇ ਕੀ ਵਿਜ਼ਨ ਹੈਗਾ ਇਸ ਦਾ? ਪਿੰਕ ਐਟੀਟਿਊਡ ਇਜ਼ ਅ ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਜੋ 6 ਸਾਲ ਪਹਿਲੇ ਰੂਬੀ ਡਿਲਨ ਜੋ ਕਿ ਫਾਊਂਡਰ ਹੈ ਇਸ ਆਰਗੇਨਾਈਜੇਸ਼ਨ ਦੀ, ਉਹਨਾਂ ਨੇ ਸ਼ੁਰੂ ਕੀਤੀ ਸੀ। ਪਿੰਕ ਐਟੀਟਿਊਡ ਦਾ ਵਿਜ਼ਨ ਹੈਗਾ ਸਾਊਥ ਏਸ਼ੀਅਨ ਵਿਮਨ ਐਮਪਾਵਰਮੈਂਟ ਐਂਡ ਯੂ ਨੋ ਅੱਜ ਦੀ ਤਰੀਕ ਵਿੱਚ 6 ਸਾਲ ਹੋ ਗਏ ਨੂੰ, ਅੱਜ ਦੀ ਤਰੀਕ ਵਿੱਚ ਟੀਮ ਹੈਗੀ ਹੈ ਬੋਰਡ ਮੈਂਬਰਸ ਦੀ, ਪਿੰਕ ਐਟੀਟਿਊਡ ਦੇ ਆਫਿਸਰਸ ਦੀ ਜੋ ਕਿ ਯੂ ਨੋ ਇਹ ਵਿਜ਼ਨ ਨੂੰ ਸ਼ੇਅਰ ਕਰਦੇ ਹੈ ਤੇ ਪੈਸ਼ਨੇਟਲੀ ਵਰਕ ਕਰਦੇ ਹੈ ਇਹਦੇ ਮਕਸਦ ਨੂੰ ਮੀਟ ਕਰਨ ਵਾਸਤੇ। ਕਈ ਇਨੀਸ਼ੀਏਟਿਵਸ ਹੈਗੇ ਹੈ ਇਸ ਵਿਜ਼ਨ ਨੂੰ ਸਪੋਰਟ ਕਰਨ ਵਾਸਤੇ, ਉਹਨਾਂ 'ਚੋਂ ਇੱਕ ਵਿਜ਼ਨ ਹੈਗਾ ਹੈ ਪਿੰਕ ਐਟੀਟਿਊਡ ਦਾ ਜਿਹੜਾ ਐਨੂਅਲ ਗਾਲਾ ਹੁੰਦਾ ਹੈ, ਜਿਹਦਾ ਕਿ ਜਿਹਦਾ ਮੇਨ ਓਬਜੈਕਟਿਵ ਹੈਗਾ ਜਿਹੜੇ ਸਾਊਥ ਏਸ਼ੀਅਨ ਵਿਮੈਨ ਹੈਗੀ ਹੈ ਜਿਹਨਾਂ ਦਾ ਉੱਚ ਯੋਗਦਾਨ ਹੈਗਾ ਸਾਡੀ ਕਮਿਊਨਿਟੀ ਵਿੱਚ, ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ, ਉਹਨਾਂ ਨੂੰ ਸੈਲੀਬ੍ਰੇਟ ਕਰਨਾ, ਤਾਂ ਸਾਡੀ ਪੂਰੀ ਕੌਮ ਨੂੰ ਜਾਂ ਕਮਿਊਨਿਟੀ ਨੂੰ ਪ੍ਰਭਾਵਿਤ ਕਰਨਾ ਉਹਨਾਂ ਦੀ ਅਚੀਵਮੈਂਟ ਦੇ ਥਰੂ, ਤੇ ਇਹ ਅਸੀਂ ਹਰ ਸਾਲ ਕਰਦੇ ਹਾਂ, ਇਸ ਸਾਲ ਵੀ ਹੈਗਾ। ਪ੍ਰਿਯੰਕਾ ਤੁਹਾਨੂੰ ਇਹਦੇ ਬਾਰੇ 'ਚ ਹੋਰ ਵੀ ਡਿਟੇਲਸ ਦੇਣਗੇ। ਜੀ ਪ੍ਰਿਯੰਕਾ, ਤੁਹਾਡੇ ਤੋਂ ਜਾਣਨਾ ਚਾਹਾਂਗੇ ਜਿਵੇਂ ਕਰਨ ਨੇ ਜ਼ਿਕਰ ਕੀਤਾ ਕਿ 6 ਸਾਲ ਹੋ ਚੁੱਕੇ ਨੇ ਇਸ ਇਵੈਂਟ ਨੂੰ, ਤੇ ਗੇਮ ਚੇਂਜਿੰਗ ਜਿਹੜੀ ਸਾਊਥ ਏਸ਼ੀਅਨ ਵਿਮੈਨਸ ਨੇ ਉਹਨਾਂ ਨੂੰ ਬੇਸਿਕਲੀ ਸੈਲੀਬ੍ਰੇਟ ਕਰਨ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਹੈ, ਪਰ ਇਸ ਸਾਲ ਕਿਉਂਕਿ ਪੈਂਡੈਮਿਕ ਦੇ ਚੱਲਦਿਆਂ ਕਾਫੀ ਕੁਝ ਇੱਕ ਨਵਾਂ ਰੂਪ ਲੈ ਚੁੱਕਾ ਹੈ, ਸੈਲੀਬ੍ਰੇਸ਼ਨਸ ਨੇ ਵੀ ਇੱਕ ਨਵਾਂ ਰੂਪ ਲੈ ਲਿਆ, ਹਰ ਚੀਜ਼ ਵਰਚੁਅਲੀ ਆਰਗੇਨਾਈਜ਼ ਹੋ ਰਹੀ ਹੈ, ਤਾਂ ਇਸ ਸਾਲ ਦੇ ਵਰਚੁਅਲ ਇਵੈਂਟ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ? अब जैसे जानते हैं कोविड चल रहा है, तो इस बार हमने सोचा कि हम एक वर्चुअल गाला रखें, बिकॉज हम चाहते हैं कि ये प्लेटफॉर्म हर साल वैसे ही रहे जैसे हमने ट्रेडिशनली किया है, जहाँ पे लोग आते हैं, नेटवर्क करते हैं और एक दूसरे का मोराल बढ़ाते हैं, हम लीडर्स देखते हैं, इंस्पायर्ड होते हैं। तो हम चाहते थे कि इस बार भी हम वही वर्चुअल गाला रखें। हमने इस बार टिकट्स काफी रीजनेबल रेट पर रखी है, विच इज $10, बिकॉज हम चाहते हैं ईच एंड एवरी पर्सन शुड बी एबल टू एक्सेस इट। ਜੀ ਜਿਵੇਂ ਤੁਸੀਂ ਕਿਹਾ ਕਿ ਟ੍ਰੈਡੀਸ਼ਨ ਜਿਹੜਾ ਹੈਗਾ ਉਸਨੂੰ ਬਰਕਰਾਰ ਰੱਖਿਆ ਗਿਆ, ਉਸਨੂੰ ਕੰਟੀਨਿਊ ਰੱਖਿਆ ਗਿਆ, ਬਟ ਬੀਤੇ ਸਾਲ ਅਸੀਂ ਦੇਖਿਆ ਸੀ, ਕਰਨ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕੋਹੋਰਟਸ ਦੀ ਗੱਲ ਕੀਤੀ ਗਈ ਸੀ ਤੇ ਸਕਾਲਰਸ਼ਿਪਸ ਵੀ ਅਨਾਊਂਸ ਕੀਤੀਆਂ ਗਈਆਂ ਸੀ, ਕਿ ਇਸੇ ਤਰ੍ਹਾਂ ਦੀ ਸਕਾਲਰਸ਼ਿਪਸ ਇਸ ਸਾਲ ਵੀ ਅਨਾਊਂਸ ਕੀਤੀਆਂ ਜਾਣਗੀਆਂ? ਤੇ ਦੇਖੋ ਜਿਹੜਾ ਕੋਹੋਰਟ ਦੀ ਜਿਹੜੀ ਗੱਲ ਹੈ, 4 ਕੋਹੋਰਟਸ ਜਿਹੜੇ ਹੈਗੇ ਹੈ, ਹਾਈ ਸਕੂਲ ਸਟੂਡੈਂਟਸ ਹੈ, ਯੂਨੀਵਰਸਿਟੀ ਸਟੂਡੈਂਟਸ ਹੈ, ਮਿਡਲ ਮੈਨੇਜਮੈਂਟ ਪ੍ਰੋਫੈਸ਼ਨਲਸ ਹੈ, ਤੇ ਨੈਕਸਟ ਚੈਪਟਰ ਜਿਹੜੀ ਔਰਤਾਂ ਸ਼ੁਰੂ ਕਰਨਾ ਚਾਹੁੰਦੀਆਂ ਆਪਣੀ ਲੇਟਰ ਇਨ ਲਾਈਫ। ਇਹ ਰਿਸਰਚ ਤੇ ਬੇਸਿਸ ਤੇ ਕੀਤਾ ਸੀ ਅਸੀਂ ਕਿ ਯੂ ਨੋ ਸਾਊਥ ਏਸ਼ੀਅਨ ਔਰਤਾਂ ਨੂੰ ਕਿਸ ਕਿਸ ਲਾਈਫ ਸਟੇਜ ਵਿੱਚ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਯੂ ਨੋ ਗਾਈਡੈਂਸ ਦੀ, ਅਸਿਸਟੈਂਸ ਦੀ, ਤਾਂ ਉਸ ਹਿਸਾਬ ਨਾਲ ਤੇ ਉਹ ਤੇ ਇੰਟੈਗਰਲ ਪਾਰਟ ਹੈ ਸਾਡੀ ਸਟ੍ਰੈਟਜੀ ਦਾ, ਤਾਂ ਉਹ ਤੇ ਅਸੀਂ ਕੰਟੀਨਿਊ ਰੱਖਾਂਗੇ। ਜਿਹੜਾ ਅਸੀਂ ਸਕਾਲਰਸ਼ਿਪ ਦੀ ਗੱਲ ਕੀਤੀ ਹੈ ਸਪੈਸੀਫਿਕਲੀ, ਉਹ ਇਸ ਸਾਲ ਸਾਡੇ ਜਿਹੜਾ ਯੂਥ ਡਿਵੀਜ਼ਨ ਹੈਗਾ, ਯੂਥ ਸੈਗਮੈਂਟ ਹੈਗਾ, ਉਹ ਇਸ ਗਾਲਾ ਨਾਲ ਯੂ ਨੋ ਐਸੋਸੀਏਟ ਨਹੀਂ ਹੋ ਪਾਇਆ ਬਿਕੋਜ਼ ਆਫ ਲੋਜਿਸਟਿਕਸ ਇਸ਼ੂ ਐਂਡ ਕੋਵਿਡ ਕਰਕੇ, ਤਾਂ ਸਪੈਸੀਫਿਕਲੀ ਸਕਾਲਰਸ਼ਿਪ ਉਸ ਦੌਰਾਨ ਨਹੀਂ ਅਨਾਊਂਸ ਹੁੰਦੀਆਂ, ਲੇਕਿਨ ਐਜ਼ ਆਈ ਮੈਂਸ਼ਨਡ ਕਿ ਇਨੀਸ਼ੀਏਟਿਵਸ ਚੱਲ ਰਹੇ ਹੈ ਕਾਫੀ ਹਰ ਸੈਗਮੈਂਟ ਵਿੱਚ, ਤਾਂ ਪੂਰੇ ਸਾਲ ਉਹ ਕੰਮ ਚੱਲਦਾ ਰਹੇਗਾ, ਇਹ ਸਪੈਸੀਫਿਕਲੀ ਇਸ ਗਾਲਾ 'ਚ ਨਹੀਂ ਹੋਏ ਕਵਰ। ਜੀ ਪ੍ਰਿਯੰਕਾ, ਤੁਹਾਡੇ ਤੋਂ ਜਾਣਨਾ ਚਾਹਾਂਗੇ ਜੇ ਨੋਮੀਨੇਸ਼ਨਸ ਦੀ ਗੱਲ ਕਰੀਏ ਤਾਂ ਨੋਮੀਨੇਸ਼ਨਸ ਵਿੱਚ ਇਸ ਵਾਰ ਕੀ ਕੈਟੇਗਰੀਜ਼ ਨੇ ਤੇ ਕਦੋਂ ਤੱਕ ਨੋਮੀਨੇਸ਼ਨ ਸਬਮਿਟ ਕੀਤੀ ਜਾ ਸਕਦੀ ਹੈ? इन अवार्ड्स में हम ऐसे लीडर्स को रिकॉग्नाइज करना चाहते हैं जो अपनी अपने फील्ड में प्रोफेशनल और पर्सनल ऑब्स्टिकल्स ओवरकम करके आगे बढ़ रहे हैं और फिर भी डटे हुए हैं, बिकॉज हम चाहते हैं कि यंगर जनरेशन और यंग क्राउड इनसे प्रोत्साहन और प्रेरणा ले सके। सो इस बार हमने 4 कैटेगरीज चूज किए हैं, जो है इनोवेशन, इंस्पिरेशन, लीडरशिप और राइजिंग स्टार।
एक सेपरेट और एक्सटर्नल कमिटी है जो मोस्ट राइटियस कंटेंडर ढूंढती है. सो ये नॉमिनेशन जनरली लोगों के पीयर्स करते हैं, लोगों के कोवर्कर्स करते हैं, कम्युनिटी करती है. इस बार हमारी नॉमिनेशन अभी फिलहाल बंद हो चुकी हैं बिकॉज हमें ऑलरेडी बहुत ओवरवेलमिंग रिस्पॉन्स मिल चुका है. सो वी आर रियली ग्लैड अबाउट इट. जी अखीर में जानना चाहवांगे जे असी गल करदे आं जदों कि असी गेम चेंजिंग साउथ एशियन विमेंस नू सैलीब्रेट कर रहे हैं, विमेंस दी अचीवमेंट नू सैलीब्रेट कर रहे हैं, पर हर साल इंटरनेशनल विमेंस डे दे मौके ते असी देखदे हां इस तरह दे कई इवेंट्स हुंदे ने. तुसी क्यों मानदे हो कि पिंक एटीट्यूड गाला इज डिफरेंट फ्रॉम दोज इवेंट्स? देखो पहली गल तां आई थिंक जे असी ए मिशन दी गल करिए पिंक एटीट्यूड दी साउथ एशियन विमेन एंपावरमेंट इन कैनेडा, आई थिंक जिन्ने इवेंट्स होन उन्नी वधिया गल है क्योंकि साडा मकसद पूरा हुंदा है. लेकिन जिथे तक साडा अंडरस्टैंडिंग है और असी फोकस करदे हां जिहड़ा साउथ एशियन विमेन दे उपर इन कैनेडा एक रिसर्च भी हो रही सी जिहदे विच एस्टैबलिश होया सी कि साउथ एशियन विमेन दी जिहड़ी कैटेगरी है इह अंडर रिप्रजेंटेड हैगी है कैनेडा विच. ते सब तो यंगेस्ट डेमोग्राफिक्स है, एजुकेटेड डेमोग्राफिक्स है, बट तुसी जे एम्प्लॉयमेंट की गल करते हो तो लोएसट हैगी है. ਤਾਂ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਯੂਨੋ ਜਿਹੜੇ ਇਹ ਅਵਾਰਡਸ ਹੈ ਜਿਹੜੇ ਜਾਂ ਗਾਲਾ ਦਾ ਜਿਹੜਾ ਏਜੰਡਾ ਹੈ ਉਹ ਇਸ 'ਤੇ ਫੋਕਸ ਹੈ ਕਿ ਕਿੱਦਾਂ ਤੁਸੀਂ ਦਰਸਾਉਂਦੇ ਹੋ ਕਿ ਸਾਡੀ ਸਾਡੀ ਕੌਮ ਵਿੱਚ ਸਕਸੈਸਫੁਲ ਵਿਮੈਨ ਹੈਗੀਆਂ, ਕਿੱਦਾਂ ਉਹਨਾਂ ਨੇ ਅਚੀਵ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਓਬਸਟੈਕਲਸ ਨੂੰ ਓਵਰਕਮ ਕੀਤਾ. ਅਤੇ ਨਾ ਕਿ ਸਿਰਫ ਔਰਤਾਂ ਵਾਸਤੇ ਹੈ ਇਹ ਇੰਸਪੀਰੇਸ਼ਨ ਹੈਗੀ ਹੈ ਬਟ ਮਰਦਾਂ ਵਾਸਤੇ ਵੀ, ਜੋ ਕਿ ਆਈ ਥਿੰਕ ਵੈਨ ਤੁਸੀਂ ਜੈਂਡਰ ਇਕੁਆਲਿਟੀ ਦੀ ਗੱਲ ਕਰਦੇ ਹੋ ਤਾਂ ਅਸੀਂ ਇਕੱਠੇ ਹੋ ਕੇ ਹੀ ਇਸ ਮਕਸਦ ਨੂੰ ਪੂਰਾ ਕਰ ਸਕਦੇ ਹਾਂ. ਐਂਡ ਜਿਹੜੀ ਟੀਮ ਹੈਗੀ ਉਹਦੇ ਪਿੱਛੇ ਜਿੱਦਾਂ ਹੁਣ ਮੈਂ ਹੈਗਾ, ਮੈਂ ਇੱਥੇ ਮੈਨੂੰ ਰੂਬੀ ਨਾਲ ਮੈਂ 3 ਸਾਲ ਪਹਿਲੇ ਮਿਲਿਆ, 3 ਸਾਲ ਪਹਿਲੇ ਮੈਂ ਇੱਥੇ ਗਾਲਾ ਨਾਲ ਐਸੋਸੀਏਟ ਹੋਇਆ. ਕਿਉਂ ਹੋਇਆ? ਕਿਉਂਕਿ ਮੈਂ ਪਹਿਲੀ ਵਾਰੀ ਗਾਲਾ ਗਿਆ ਤਾਂ ਮੈਂ ਦੇਖਿਆ ਕਿ ਯੂਨੋ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ ਮੇਰੀ ਲਾਈਫ ਵਿੱਚ, ਮੇਰੇ ਜਿਹੜੀ ਦਾਦੀ ਨਾਨੀ ਉਹਨਾਂ ਦੇ ਜਿਹੜੇ ਪਿਛਲੀ ਪੀੜ੍ਹੀਆਂ ਉਹਨਾਂ ਦਾ ਇੰਪੋਰਟੈਂਟ ਰੋਲ ਰਿਹਾ ਹੈ ਜਿੱਥੇ ਹੁਣ ਮੈਂ ਅੱਜ ਹੈਗਾ. ਅਤੇ ਮੈਂ ਕਿਸ ਤਰ੍ਹਾਂ ਇਹ ਚੀਜ਼ ਨੂੰ ਕਨਵੇ ਕਰ ਸਕਾਂ, ਮੈਨੂੰ ਮੇਰੇ ਹਿਸਾਬ ਨਾਲ ਪਿੰਕ ਐਟੀਟਿਊਡ ਇਹ ਗਾਲਾ ਇੱਕ ਮੀਡੀਅਮ ਹੈਗਾ ਉਸ ਚੀਜ਼ ਨੂੰ ਕਨਵੇ ਕਰਨ ਦਾ. ਦੈਟ ਇਜ਼ ਹਾਊ ਆਈ ਥਿੰਕ ਇਹ ਡਿਫਰੈਂਟ ਹੈਗਾ ਜੋ ਅੱਜ ਜੋ ਇਹ ਕੈਨੇਡਾ ਵਿੱਚ ਜਿੰਨੇ ਵੀ ਗਾਲਾਜ਼ ਹੁੰਦੇ ਆ ਵਿਮੈਨ ਇੰਟਰਨੈਸ਼ਨਲ ਵਿਮੈਨਸ ਡੇ ਦੇ ਟਾਈਮ. ਪ੍ਰਿਯੰਕਾ, ਡੂ ਯੂ ਵਾਂਟ ਟੂ ਐਡ ਸਮਥਿੰਗ? ਸ਼ੋਰ. ਮੈਂ ਖੁਦ ਯਹਾਂ ਇੰਡੀਆ ਸੇ ਕੁਝ ਸਾਲ ਪਹਿਲੇ ਆਈ. And as a newcomer, aap socially itne logo ko nahi jante. But believe me, because of my association with Pink Attitude, I found a strong support system, mentors ke roop mein, team members, jo mujhe hamesha support karte hain mere career mein, mere life mein. And hamare khud ke, like despite of hamare khud ke individual jobs hain, hum iske liye itne passionate hain ki we in turn want to help others because someone helped us. So we want to keep the chain reaction alive and we believe in the power of people and we think people can change the society. So ਜੀ ਬਿਲਕੁਲ, ਥੈਂਕ ਯੂ ਸੋ ਮਚ ਕਰਨ ਐਂਡ ਪ੍ਰਿਯੰਕਾ ਸਾਡੇ ਨਾਲ ਜੁੜਨ ਦੇ ਲਈ ਅਤੇ ਪਿੰਕ ਐਟੀਟਿਊਡ ਗਾਲਾ ਸੰਬੰਧੀ ਹੈ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ. ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਵੈਰੀ ਬੈਸਟ ਫੋਰ ਦਾ ਇਵੈਂਟ. ਥੈਂਕ ਯੂ. ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ. ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਜੇ ਬੇਰੀਆਟ੍ਰਿਕ ਸਰਜਰੀ ਲਈ ਤੁਸੀਂ ਇੰਡੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ COVID-19 ਪੈਂਡੈਮਿਕ ਦੇ ਦੌਰਾਨ. ਜਲਦ ਹਾਜ਼ਰ ਹੋਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ. ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ. ਬੀਤੇ ਹਫ਼ਤੇ NRI ਵਰਲਡ ਵਿੱਚ ਅਸੀਂ ਗੱਲਬਾਤ ਕੀਤੀ ਸੀ ਬੈਰੀਆਟ੍ਰਿਕ ਸਰਜਰੀ ਬਾਰੇ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ ਤੁਸੀਂ ਬੈਰੀਆਟ੍ਰਿਕ ਸਰਜਰੀ ਲਈ ਇੰਡੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਜੰਮੂ ਹਸਪਤਾਲ ਵੱਲੋਂ ਖਾਸ ਇੰਤਜ਼ਾਮ ਕੀਤੇ ਗਏ ਨੇ COVID-19 ਪੈਂਡੈਮਿਕ ਦੇ ਮੱਦੇਨਜ਼ਰ. ਇਸ ਸੰਬੰਧੀ ਅਸੀਂ ਗੱਲਬਾਤ ਕੀਤੀ ਜੰਮੂ ਹਸਪਤਾਲ ਤੋਂ ਡਾਕਟਰ ਜੰਮੂ ਦੇ ਨਾਲ. ਸਤਿ ਸ਼੍ਰੀ ਅਕਾਲ ਗੁਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ PTC ਦੇ ਵਿੱਚ. ਥੈਂਕ ਯੂ ਜੀ, ਥੈਂਕ ਯੂ ਸੋ ਮਚ. ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਬੈਰੀਆਟ੍ਰਿਕ ਸਰਜਰੀ ਦੀ ਗੱਲ ਕਰੀਏ ਤਾਂ ਇਹ ਟਰਮ ਹੁਣ ਕੋਈ ਨਵੀਂ ਨਹੀਂ ਹੈਗੀ ਹੈ ਕਿਉਂਕਿ ਕਾਫੀ ਸਾਲਾਂ ਤੋਂ ਅਸੀਂ ਬੈਰੀਆਟ੍ਰਿਕ ਸਰਜਰੀ ਬਾਰੇ ਸੁਣਦੇ ਆ ਰਹੇ ਹਾਂ. ਖਾਸ ਤੌਰ 'ਤੇ ਵਰਡ ਆਫ ਮਾਊਥ ਦੇ ਨਾਲ ਇਹ ਕਾਫੀ ਹੁਣ ਰੈਫਰਲ ਜਿਹੜਾ ਹੈਗਾ ਅਸੀਂ ਕਹੀਏ ਕਿ ਇੱਕ ਜਿਹਨਾਂ ਨੇ ਸਰਜਰੀ ਕਰਾਈ ਹੈ ਉਹਨਾਂ ਤੋਂ ਸੁਣ ਕੇ ਹੁਣ ਲੋਕ ਉਹਨਾਂ ਦੇ ਐਕਸਪੀਰੀਅੰਸ ਤੋਂ ਜਿਹੜੀ ਜਾਣਕਾਰੀ ਲੈਂਦੇ ਨੇ ਅੱਗੇ ਇਹ ਸਰਜਰੀ ਕਰਾ ਰਹੇ ਨੇ. ਪਰ ਖਾਸ ਤੌਰ 'ਤੇ ਜੇ ਗੱਲ ਕਰੀਏ ਬੈਰੀਆਟ੍ਰਿਕ ਸਰਜਰੀ ਦੀ, ਆਖਿਰ ਪ੍ਰਿੰਸੀਪਲਸ ਕੀ ਹੈਗੇ ਨੇ ਇਸ ਸਰਜਰੀ ਦੇ? ਜਿਹੜੀ ਬਰੀਆਟ੍ਰਿਕ ਸਰਜਰੀ ਹੈ ਜਿਹਨੂੰ ਅਸੀਂ ਸਰਲ ਭਾਸ਼ਾ 'ਚ ਕਹਿੰਦੇ ਹਾਂ ਵੇਟ ਲੋਸ ਸਰਜਰੀ, ਉਹ ਤਰੀਕਾ ਵੇਟ ਲੂਸ ਕਰਨ ਦਾ ਜਦੋਂ ਆਪਣਾ ਨੋਰਮਲ ਭਾਰ ਡਾਈਟਿੰਗ ਅਤੇ ਐਕਸਰਸਾਈਜ਼ ਕਰਕੇ ਨਹੀਂ ਪਹੁੰਚਦੇ ਅਸੀਂ ਆਪਣੇ ਨੋਰਮਲ ਵੇਟ 'ਤੇ,
ਤੇ ਜਦੋਂ ਸਾਡੀ ਹੈਲਥ ਕੰਡੀਸ਼ਨਸ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਉਸ ਵੇਲੇ ਕਹਿ ਲਓ ਲਾਈਫ ਸੇਵਿੰਗ ਸਰਜਰੀ ਹੈ ਤੁਹਾਡਾ ਜਿਹੜਾ ਭਾਰ ਕੰਟਰੋਲ ਕਰਨ ਵਾਸਤੇ ਜੇ ਸਰਜੀਕਲ ਮੈਥਡ ਦੇ ਨਾਲ ਸਰਜੀਕਲ ਮੈਥਡ ਦਾ ਜਿਹੜਾ ਪ੍ਰਿੰਸੀਪਲ ਤੁਸੀਂ ਪੁੱਛਿਆ ਉਹ ਹੁੰਦਾ ਵੀ ਅਸੀਂ ਤੁਹਾਡਾ ਜਿਹੜੀ ਫੂਡ ਦੀ ਇਨਟੇਕ ਹੈ ਉਹ ਅਸੀਂ ਕੰਟਰੋਲ ਕਰ ਦਿੰਦੇ ਹਾਂ ਘਟਾਉਂਦੇ ਨਹੀਂ ਕੰਟਰੋਲ ਕਰ ਦਿੰਦੇ ਹਾਂ ਕਈ ਲੋਕਾਂ ਨੂੰ ਓਵਰ ਈਟਿੰਗ ਦੀ ਆਦਤ ਹੁੰਦੀ ਆ ਆਦਤਨ ਉਹ ਘੱਟ ਖਾ ਕੇ ਉਹਨਾਂ ਦਾ ਪੇਟ ਨਹੀਂ ਭਰਦਾ ਜਾਂ ਬਿੰਜ ਈਟਰ ਹੁੰਦੇ ਆ ਵੀ ਖੋਹ ਪੈਂਦੀ ਰਹਿੰਦੀ ਉਹ ਜਲਦੀ ਜਲਦੀ ਕੁਛ ਥੋੜ੍ਹੀ ਦੇਰ ਬਾਅਦ ਖਾਂਦੇ ਰਹਿੰਦੇ ਆ ਜਾਂ ਬੜੀ ਅਨਹੈਲਦੀ ਸਟੱਫ ਖਾ ਲੈਂਦੇ ਇੱਕ ਤਾਂ ਅਸੀਂ ਭੁੱਖ ਕੰਟਰੋਲ ਕਰਦੇ ਹਾਂ ਉਹ ਅਸੀਂ ਕਰਦੇ ਹਾਂ ਉਹਨਾਂ ਦਾ ਜਿਹੜਾ ਸਟਮਕ ਦਾ ਸਾਈਜ਼ ਹੈ ਉਹ ਛੋਟਾ ਕਰਕੇ ਸਟੈਪਲ ਕਰਕੇ ਸਟਮਕ ਸਾਡੇ ਬੋਡੀ ਦਾ ਉਹ ਔਰਗਨ ਹੈ ਜਿਹਦੇ ਕਰਕੇ ਸਾਨੂੰ ਭੁੱਖ ਲੱਗਦੀ ਹੈ ਕਈ ਵਾਰ ਉਹਦਾ ਆਕਾਰ ਇੰਨਾ ਕੁ ਵੱਡਾ ਹੋ ਜਾਂਦਾ ਹੈ ਵੀ ਸਾਨੂੰ ਲੋੜ ਤੋਂ ਵੱਧ ਖਾਣਾ ਪੈਂਦਾ ਜਦ ਤੱਕ ਪੇਟ ਸਾਡਾ ਸਟਮਕ ਭਰਦਾ ਨਹੀਂ ਸਾਡੇ ਬ੍ਰੇਨ ਨੂੰ ਸਿਗਨਲ ਨਹੀਂ ਜਾਂਦੇ ਅਸੀਂ ਆਪਣਾ ਆਪਣਾ ਖਾਣਾ ਪੀਣਾ ਬੰਦ ਨਹੀਂ ਕਰਦੇ ਸੋ ਇੱਕ ਤਾਂ ਆਧਾਰ ਸਾਡਾ ਵੀ ਅਸੀਂ ਤੁਹਾਡਾ ਸਟਮਕ ਦਾ ਸਾਈਜ਼ ਛੋਟਾ ਕਰ ਦਿੰਦੇ ਹਾਂ ਉਹ ਉਨਾ ਕੁ ਕਰ ਦਿੰਦੇ ਹਾਂ ਵੀ ਜਿੰਨੀ ਕੁ ਤੁਹਾਡੀ ਹਾਈਟ ਹੈ ਉਮਰ ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਲੋੜ ਹੈ ਕੈਲੋਰੀਜ਼ ਦੀ ਤੁਸੀਂ ਉਨਾ ਖਾਣਾ ਖਾਓ ਉਸ ਤੋਂ ਬਾਅਦ ਤੁਸੀਂ ਰੱਜ ਜਾਓ ਤੁਹਾਡੇ ਨੂੰ ਜ਼ਿਆਦਾ ਖੋਹ ਨਾ ਪਏ ਭੁੱਖ ਨਾ ਲਏ ਸੋ ਦੈਟ ਇਜ਼ ਵਨ ਇਹ ਅੱਧਾ ਕੰਮ ਹੈ ਉਸ ਤੋਂ ਬਾਅਦ ਦੂਸਰਾ ਕੰਮ ਹੁੰਦਾ ਅਸੀਂ ਫੂਡ ਦੀ ਪਾਚਨ ਕੰਟਰੋਲ ਕਰਨੀ ਬਹੁਤ ਵਾਰੀ ਅਸੀਂ ਦੇਖਦੇ ਹਾਂ ਆਪਣੇ ਡੇਲੀ ਆਪਣੇ ਆਲੇ ਦੁਆਲੇ ਦੇਖਦੇ ਹਾਂ ਘਰਾਂ 'ਚ ਵੀ ਦੇਖਦੇ ਹਾਂ ਵੀ ਦੋ ਦੋਸਤ ਜਾਂ ਭੈਣ ਭਰਾ ਜਾਂ ਦੋ ਭਰਾ ਇੱਕੋ ਜਿਹਾ ਖਾਣਾ ਖਾਂਦੇ ਆ ਇੱਕ ਦਾ ਭਾਰ ਉਸੇ ਖਾਣੇ ਨਾਲ ਬਹੁਤ ਵੱਧ ਰਿਹਾ ਹੁੰਦਾ ਇੱਕ ਦਾ ਭਾਰ ਉਸੇ ਖਾਣੇ ਦੇ ਨਾਲ ਨੋਰਮਲ ਰਹਿੰਦਾ ਸੋ ਜਿਹਦਾ ਭਾਰ ਲੋੜ ਤੋਂ ਵੱਧ ਵੱਧ ਰਿਹਾ ਹੁੰਦਾ ਉਸੇ ਖਾਣੇ ਨਾਲ ਇਟ ਮੀਨਸ ਉਹਦੇ ਪਾਚਣ ਜ਼ਿਆਦਾ ਫੂਡ ਦੀ ਅਬਜ਼ੋਰਪਸ਼ਨ ਜ਼ਿਆਦਾ ਹੋ ਰਹੀ ਹੈ ਉਹਦੇ ਜਿਹੜੇ ਇੰਟਸਟਾਈਨਸ ਆ ਜਿਹਨੂੰ ਅਸੀਂ ਸਮਾਲ ਇੰਟਸਟਾਈਨ ਜਾਂ ਅੰਤੜੀਆਂ ਕਹਿੰਦੇ ਹਾਂ ਉਹ ਲੋੜ ਤੋਂ ਵੱਧ ਉਹਦੇ ਅਬਜ਼ੋਰਪਸ਼ਨ ਦਾ ਕੰਮ ਕਰ ਰਹੀਆਂ ਉਹ ਹਰ ਇੱਕ ਚੀਜ਼ ਅੰਦਰ ਅਬਜ਼ੋਰਬ ਕਰਕੇ ਤੇ ਸਟੋਰ ਕਰ ਰਹੀਆਂ ਤੇ ਫੈਟ ਬਣਾ ਰਹੀਆਂ ਸੋ ਦੂਸਰਾ ਕੰਮ ਜਿਹੜੇ ਅਸੀਂ ਵੇਟ ਲੋਸ ਸਰਜਰੀ ਜਾਂ ਬਰੀਐਟ੍ਰਿਕ ਸਰਜਰੀ ਕਰਦੇ ਹਾਂ ਅਸੀਂ ਪਾਚਣ ਜਿਹੜੀ ਹੈ ਉਹ ਆਪਟੀਮਾਈਜ਼ ਕਰਦੇ ਹਾਂ ਮਤਲਬ ਉਹਨੂੰ ਕੰਟਰੋਲ ਕਰਦੇ ਹਾਂ ਜੇ ਤੁਹਾਨੂੰ ਕਿਸੇ ਨੇ ਜ਼ਿਆਦਾ ਘੱਟ ਖਾ ਕੇ ਵੀ ਜ਼ਿਆਦਾ ਲੱਗ ਰਿਹਾ ਮੀਨਸ ਪਾਣੀ ਦੇ ਘਿਓ ਵਾਂਗੂ ਲੱਗ ਰਿਹਾ ਤਾਂ ਉਹ ਇੰਟਸਟਾਈਨ ਦਾ ਹਿੱਸਾ ਜਿੱਥੇ ਲੋੜ ਤੋਂ ਵੱਧ ਅਬਜ਼ੋਰਪਸ਼ਨ ਹੋ ਰਹੀ ਹੈ ਤੁਹਾਡੇ ਫੂਡ ਦੀ ਉਹ ਅਸੀਂ ਆਪਟੀਮਾਈਜ਼ ਕਰ ਦਿੰਦੇ ਹਾਂ ਕੰਟਰੋਲ ਕਰ ਲੈਂਦੇ ਹਾਂ ਤਾਂ ਕਿ ਤੁਹਾਡੇ ਪਾਚਣ ਆ ਜਿਹੜੀ ਆ ਉਹ ਕੰਟਰੋਲ ਕੀਤੀ ਜਾਏ ਤੁਸੀਂ ਜੇ ਵੱਧ ਵੀ ਖਾ ਲਓ ਤਾਂ ਸਰੀਰ ਨੂੰ ਲੱਗੇ ਨਾ ਸੋ ਇੱਕ ਉਹਨੂੰ ਅਸੀਂ ਕਹਿੰਦੇ ਹਾਂ ਬਾਈਪਾਸ ਸੋ ਦੋ ਕੰਮ ਕੀਤੇ ਜਾਂਦੇ ਆ ਪ੍ਰਿੰਸੀਪਲ ਦੇ ਵਿੱਚ ਫੂਡ ਦੀ ਰੈਸਟ੍ਰਿਕਸ਼ਨ ਤੇ ਫੂਡ ਦੀ ਅਬਜ਼ੋਰਪਸ਼ਨ ਅਸੀਂ ਕੰਟਰੋਲ ਕਰਦੇ ਹਾਂ ਇਹ ਸਾਡਾ ਆਧਾਰ ਆ ਵੇਟ ਲੋਸ ਸਰਜਰੀ ਦਾ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਬੈਟਰ ਟੈਕਨੋਲੋਜੀ ਨਾਲ ਤੁਸੀਂ ਕੰਮ ਕਰ ਰਹੇ ਹੋ ਅਫੋਰਡੇਬਲ ਰੇਟਸ ਹੈਗੇ ਹੈ ਪਰ ਨਾਲ ਹੀ ਜਦੋਂ ਡਾਕਟਰ ਤਸੱਲੀ ਦਿੰਦਾ ਤਾਂ ਪੇਸ਼ੈਂਟਸ ਨੂੰ ਇੱਕ ਤਸੱਲੀ ਹੁੰਦੀ ਹੈ ਕਿ ਉਹ ਇੱਕ ਸੇਫ ਹੈਂਡਸ ਵਿੱਚ ਹੈਗੇ ਨੇ ਪਰ ਅੱਜ ਕੱਲ੍ਹ ਦੇ ਟਾਈਮ ਦੀ ਗੱਲ ਕਰੀਏ ਜਿਵੇਂ ਇੱਕ ਪੈਂਡੈਮਿਕ ਦਾ ਦੌਰ ਚੱਲ ਰਿਹਾ COVID-19 ਜਿਹੜਾ ਹੈਗਾ ਅਸੀਂ ਦੇਖ ਰਹੇ ਹਾਂ ਤਾਂ ਇੱਕ ਕੁਐਸਚਨ ਲੋਕਾਂ ਦੇ ਮਨਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਹਲੇ ਸਰਜਰੀ ਕਰਾਉਣੀ ਹੈ ਕਿ ਜਦੋਂ COVID-19 ਦੀ ਵੈਕਸੀਨ ਉਹਨਾਂ ਨੇ ਲਈ ਹੈ ਜਾਂ ਫਿਰ ਅੱਗੇ ਜਾ ਕੇ ਲੈਣੀ ਹੈ ਅਜਿਹੇ ਵਿੱਚ ਇਹ ਸਰਜਰੀ ਸੇਫ ਹੈ ਬਿਲਕੁਲ ਰੁਪਿੰਦਰ ਜੀ ਜਿਹੜੇ COVID-19 ਦੇ ਵਿੱਚ ਵੀ ਅਸੀਂ ਸਰਜਰੀਸ ਕਰ ਰਹੇ ਹਾਂ ਅੱਜ ਕੱਲ੍ਹ ਵੀ ਸਰਜਰੀਸ ਡੇਲੀ ਹੋ ਰਹੀਆਂ ਤਿੰਨ ਤਿੰਨ ਚਾਰ ਚਾਰ ਕੇਸਿਸ ਐਵਰੀ ਡੇ ਹੋ ਰਹੇ ਆ ਸੋ ਸਰਜਰੀ ਬਿਲਕੁਲ ਐਬਸੋਲੂਟਲੀ ਸੇਫ ਹੈ ਹੋਸਪਿਟਲ ਦੇ ਵਿੱਚ ਪੂਰੀਆਂ ਸਟੈਂਡਰਡ ਪ੍ਰਿਕੋਸ਼ਨਸ ਲਈ ਜਾਂਦੀਆਂ ਰਿਲੇਟਡ ਟੂ COVID-19 ਸੋਸ਼ਲ ਡਿਸਟੈਂਸਿੰਗ ਮਾਸਕ ਵੇਅਰਿੰਗ ਐਂਡ ਸਟਰਲਾਈਜੇਸ਼ਨ ਹੈਂਡ ਸਟਰਲਾਈਜੇਸ਼ਨ ਵਗੈਰਾ ਸਾਰਾ ਕੀਤਾ ਜਾਂਦਾ ਸਾਰਾ ਸਟਾਫ ਸਾਡਾ ਟ੍ਰੇਨਡ ਹੈ ਟੱਚਵੁੱਡ ਜਿੰਨੇ ਵੀ ਅਸੀਂ ਓਪਰੇਸ਼ਨ ਕੀਤੇ ਆ ਪੂਰੇ 2020 ਦੇ ਵਿੱਚ 2021 ਦੇ ਵਿੱਚ ਵੀ ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਪੂਰੇ ਅੱਛੇ ਨਤੀਜੇ ਆਏ ਕਿਸੇ ਨੂੰ ਕੋਈ ਕੋਵਿਡ ਕਰਕੇ ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਬਾਕੀ ਅੱਗੇ ਵਾਸਤੇ ਵੀ ਅਸੀਂ ਪੇਸ਼ੈਂਟ ਨੂੰ ਵੀ ਕਹਿੰਦੇ ਓਪਰੇਸ਼ਨ ਤੋਂ ਬਾਅਦ ਵੀ ਤੁਸੀਂ ਪੂਰੇ ਨੋਰਮਲ ਜਿਹੜੇ ਹੈਗੇ COVID-19 ਦੇ ਤੁਸੀਂ ਜ਼ਰੂਰ ਲੈਣੇ ਆ ਵੀ ਉਹ ਕਿਸੇ ਨੂੰ ਵੀ ਹੋ ਸਕਦਾ ਤੁਸੀਂ ਓਪਰੇਸ਼ਨ ਕਰਵਾਓ ਜਾਂ ਨਾ ਕਰਵਾਓ ਤੁਸੀਂ ਇਹ ਨਹੀਂ ਵੀ ਓਪਰੇਸ਼ਨ ਕਰਵਾ ਕੇ ਉੱਤੋਂ ਸੇਫ ਹੋ ਗਏ ਤੇ ਉਦਾਂ ਹੀ ਤੁਸੀਂ ਪ੍ਰਿਕੋਸ਼ਨ ਲੈਣੀ ਓਪਰੇਸ਼ਨ ਤੋਂ ਪਹਿਲੇ ਵੀ ਬਾਅਦ ਵੀ ਉਸਦੇ ਦੌਰਾਨ ਵੀ ਜਿਵੇਂ ਤੁਸੀਂ ਪਹਿਲੇ ਲੈਂਦੇ ਹੋ ਬਾਕੀ ਇਹਦੀ ਵੈਕਸੀਨੇਸ਼ਨ ਦੀ ਗੱਲ ਓਪਰੇਸ਼ਨ ਤੋਂ ਪਹਿਲਾਂ ਵੀ ਵੈਕਸੀਨੇਸ਼ਨ ਲਗਾਈ ਜਾ ਸਕਦੀ ਹੈ ਓਪਰੇਸ਼ਨ ਤੋਂ ਬਾਅਦ ਵੀ ਵੈਕਸੀਨੇਸ਼ਨ ਲਗਾਈ ਜਾਂਦੀ ਹੈ ਸਾਡੇ ਕੋਲ ਬੜੇ ਪੇਸ਼ੈਂਟਸ ਹੈ ਜਿਹੜੇ ਬਾਹਰੋਂ ਵੀ ਆਏ ਆ ਤੇ ਅਸੀਂ ਉਹਨਾਂ ਨੂੰ ਵੀ ਵੈਕਸੀਨੇਸ਼ਨ ਲਗਵਾ ਰਹੇ ਹਾਂ ਸਾਡੇ ਆਪਣੇ ਹੋਸਪਿਟਲ 'ਚ ਵੀ ਵੈਕਸੀਨੇਸ਼ਨ ਦੀ ਫੈਸਿਲਿਟੀ ਅਵੇਲੇਬਲ ਹੈ ਸੋ ਵੈਕਸੀਨੇਸ਼ਨ ਦਾ ਕੋਈ ਸਾਈਡ ਇਫੈਕਟ ਜਾਂ ਕੋਈ ਵੀ ਪ੍ਰੋਬਲਮ ਨਹੀਂ ਹੈ ਇੱਕ ਤੁਸੀਂ ਪੁੱਛਿਆ ਸੀ ਵੀ ਓਪਰੇਸ਼ਨ ਦਾ ਜਿਹੜੇ ਵੇਟ ਲੋਸ ਸਰਜਰੀ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਹਾਂ ਉਹਦਾ ਵੀ ਮੈਂ ਅਸਰ ਹੈ ਜਿਹੜੀ ਵੇਟ ਲੋਸ ਸਰਜਰੀ ਹੈ ਲਾਈਫ ਸੇਵਿੰਗ ਸਰਜਰੀ ਹੈ ਜਿਹਦੇ ਸਾਰੇ ਹੀ ਗੁੱਡ ਇਫੈਕਟ ਹੈ ਉਹਦਾ ਕੋਈ ਵੀ ਬੈਡ ਇਫੈਕਟ ਉਸ ਵੇਲੇ ਆਉਂਦਾ ਹੈ ਜਦੋਂ ਤੁਸੀਂ ਆਪਣੇ ਡਾਕਟਰ ਦੀ ਐਡਵਾਈਸ ਜਾਂ ਆਪਣੇ ਡਾਈਟੀਸ਼ੀਅਨ ਦੀ ਐਡਵਾਈਸ ਨੂੰ ਤੁਸੀਂ ਇਗਨੋਰ ਕਰਦੇ ਹੋ ਇਗਨੋਰ ਦਾ ਮਤਲਬ ਜੇ ਤੁਸੀਂ ਮਲਟੀ ਵਿਟਾਮਿਨਸ ਕਹੇ ਆ ਤੁਸੀਂ ਜ਼ਰੂਰ ਲੈਣੇ ਆ ਜਿਹੜੇ ਤੁਹਾਨੂੰ ਹੈਲਦੀ ਪ੍ਰੋਟੀਨ ਰਿਚ ਡਾਈਟ ਕਹੀ ਹੈ ਭਾਵੇਂ ਵੈਜੀਟੇਰੀਅਨ ਆ ਭਾਵੇਂ ਨੋਨ ਵੈਜੀਟੇਰੀਅਨ ਤੁਸੀਂ ਉਹ ਜ਼ਰੂਰ ਫੋਲੋ ਕਰੋ ਅਤੇ ਆਪਣੇ ਡਾਕਟਰ ਨਾਲ ਤੁਸੀਂ ਸੰਪਰਕ ਦੇ ਵਿੱਚ ਸਾਲ 'ਚ ਜਾਂ 6 ਮਹੀਨੇ 'ਚ ਇੱਕ ਵਾਰੀ ਜ਼ਰੂਰ ਈਮੇਲ ਜਾਂ ਮੈਸੇਜ ਜਾਂ ਫੋਨ 'ਤੇ ਗੱਲ ਕਰੋ ਜੇ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਹਾਡੇ ਉੱਥੇ ਬੈਠੇ ਸੋਲਵ ਹੋ ਸਕਦੀ ਹੈ ਵੀ ਤੁਹਾਨੂੰ ਕੋਈ ਦਵਾਈ ਘਟਾਉਣੀ ਵਧਾਉਣੀ ਲਾਈਕ ਮਲਟੀ ਵਿਟਾਮਿਨਸ ਤੁਸੀਂ ਉੱਥੇ ਅਸੀਂ ਕਰ ਸਕਦੇ ਵੰਸ ਈਅਰ ਬਲੱਡ ਵਰਕ ਹੁੰਦਾ ਵੀ ਤੁਹਾਡੇ ਬੋਡੀ 'ਚ ਕਿਸੇ ਤਰ੍ਹਾਂ ਦੀ ਕੋਈ ਡੈਫੀਸ਼ੈਂਸੀ ਤਾਂ ਨਹੀਂ ਕਮੀ ਤਾਂ ਨਹੀਂ ਹੈਗੀ ਉਹ ਤੁਸੀਂ ਜ਼ਰੂਰ ਕਰਾ ਕੇ ਸਾਨੂੰ ਤੁਸੀਂ ਈਮੇਲ ਜਾਂ ਮੈਸੇਜ ਕਰ ਸਕਦੇ ਹੋ
ਤੁਸੀਂ ਓਵਰ ਦਾ ਕਾਊਂਟਰ ਮੈਡੀਸਨ ਅਵੇਲੇਬਲ, ਕੋਈ ਇਹੋ ਜਿਹੀ ਸਪੈਸ਼ਲਾਈਜ਼ਡ ਮੈਡੀਸਨ ਨਹੀਂ ਹੈ ਜਿਹਦੇ ਕਰਕੇ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਜਾਂ ਸਪੈਸ਼ਲਿਸਟ ਕੋਲ ਜਾ ਕੇ ਦਵਾਈ ਲਿਖਾਉਣੀ ਪਏਗੀ, ਔਰ ਤੁਹਾਨੂੰ ਓਵਰ ਦਾ ਕਾਊਂਟਰ ਜਿਹੜੀ ਮੈਡੀਸਨ ਅਵੇਲੇਬਲ ਆ ਉਹੀ ਪ੍ਰਿਸਕ੍ਰਾਈਬ ਕੀਤੀਆਂ ਜਾਂਦੀਆਂ। ਅਤੇ ਮੈਂ ਆਪਣੇ ਦੇਖਣ ਵਾਲਿਆਂ ਨੂੰ ਫਿਰ ਦੱਸ ਦਿਆਂ ਵੀ ਜਿਹੜੇ ਵੇ ਆਫ ਲੂਜ਼ਿੰਗ ਵੇਟ ਵਿਦ ਬਰੀਆਟ੍ਰਿਕ ਸਰਜਰੀ ਹੈ ਦੁਨੀਆ ਦਾ ਸਭ ਤੋਂ ਸਾਇੰਟਿਫਿਕ ਮੈਥਡ ਹੈ। ਇਹ 'ਚ ਕੋਈ ਵੀ ਦੇਸੀ ਜਾਂ ਕੋਈ ਇਹੋ ਜਿਹਾ ਨੁਸਖ ਨਹੀਂ ਹੈਗਾ ਜਿਹਦੇ ਪਿੱਛੇ ਸਾਇੰਸ ਨਹੀਂ ਹੈ, ਰਿਸਰਚ ਨਹੀਂ। ਇਟ ਇਜ਼ ਵੈਰੀ ਮੱਚ ਸਰਟੀਫਾਈਡ ਬਾਏ ਆਲ ਦਾ ਕੰਟਰੀਜ਼ ਆਫ ਦਾ ਵਰਲਡ। ਅਤੇ ਅਸੀਂ ਆਪਣੇ ਹੋਸਪਿਟਲ ਵਿੱਚ ਵੀ ਹੁਣ ਲੇਟੈਸਟ 3D ਟੈਕਨੋਲੋਜੀ ਨਾਲ ਜਿਹੜਾ ਓਪਰੇਸ਼ਨ ਹੈ ਕੀਤੇ ਜਾਂਦੇ ਆ। 3D ਟੈਕਨੋਲੋਜੀ ਦਾ ਫਾਇਦਾ ਇਹ ਹੈ ਪੇਸ਼ੈਂਟ ਦੀ ਸੇਫਟੀ ਵੱਧ ਜਾਂਦੀ, ਜਿਹੜਾ ਕੰਮ 1 ਘੰਟੇ 'ਚ ਹੋਣਾ ਉਹ 20 ਮਿੰਟ ਵਿੱਚ ਹੋ ਜਾਂਦਾ, ਜਿਹਦੇ ਨਾਲ ਐਕਿਊਰੇਸੀ ਅਤੇ ਸਪੀਡ ਨਾਲ ਪੇਸ਼ੈਂਟ ਦੇ ਰਿਜ਼ਲਟਸ ਹੋਰ ਵੀ ਚੰਗੇ ਆਉਂਦੇ ਆ। ਜੀ ਬਿਲਕੁਲ, ਕਈ ਵਿਊਅਰ ਸਾਡੇ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਇਸ ਸਰਜਰੀ ਲਈ ਮਨ ਬਣਾਇਆ ਹੋਏਗਾ, ਪਰ ਹੋ ਸਕਦਾ ਹੈ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਉਹ ਟਰੈਵਲ ਨਹੀਂ ਕਰ ਸਕਦੇ, ਤਾਂ ਕੀ ਤੁਹਾਡੇ ਹੋਸਪਿਟਲ ਵੱਲੋਂ, ਤੁਹਾਡੀ ਟੀਮ ਵੱਲੋਂ ਉਹਨਾਂ ਦੇ ਮੈਡੀਕਲ ਵੀਜ਼ਾ ਲਈ ਵੀ ਹੈਲਪ ਕੀਤੀ ਜਾਂਦੀ ਹੈ? ਹਾਂਜੀ ਬਿਲਕੁਲ, ਜਿਹੜੇ ਪੇਸ਼ੈਂਟ ਨੂੰ ਮੈਡੀਕਲ ਅੱਜ ਕੱਲ੍ਹ ਵੀਜ਼ਾ ਲੈਣ, ਜੇ ਮੈਨੂੰ ਪਤਾ ਪੈਂਡੈਮਿਕਸ ਪ੍ਰੋਬਲਮ ਆਉਂਦੀ ਹੈ ਅਤੇ ਜਿਹਨਾਂ ਨੂੰ ਸਰਜਰੀ ਜ਼ਰੂਰਤ ਹੈਗੀ ਹੈ, ਜਿਹੜੇ ਸਾਨੂੰ ਕੰਟੈਕਟ ਕਰਦੇ ਆ, ਅਸੀਂ ਉਹਨਾਂ ਦੇ ਮੈਡੀਕਲ ਵੀਜ਼ਾ ਲੈਣ 'ਚ ਬਿਲਕੁਲ ਉਹਨਾਂ ਦੀ ਹੈਲਪ ਕਰਦੇ ਹਾਂ। ਅਸੀਂ ਆਪਣੇ ਹੋਸਪਿਟਲ ਵੱਲੋਂ ਅੰਬੈਸੀ ਨੂੰ ਵੀ ਲੈਟਰ ਦਿੰਦੇ ਆ ਵੀ ਇਹਨਾਂ ਨੂੰ ਸਰਜਰੀ ਜ਼ਰੂਰਤ ਹੈ, ਇਹਨਾਂ ਨੂੰ ਇੰਡੀਆ ਦਾ ਵੀਜ਼ਾ ਲੈ ਦਿੱਤਾ ਜਾਏ। ਅਤੇ ਬਹੁਤ ਸਾਰੇ ਪੇਸ਼ੈਂਟਸ ਅੱਜ ਕੱਲ੍ਹ ਪੈਂਡੈਮਿਕ ਦੇ ਵਿੱਚ ਵੀ ਮੈਡੀਕਲ ਵੀਜ਼ਾ 'ਤੇ ਟਰੈਵਲ ਕਰਕੇ ਸਾਡੇ ਕੋਲ ਸਰਜਰੀ ਕਰਾ ਕੇ ਵਾਪਸ ਵੀ ਗਏ ਆ। ਜੇ ਤੁਸੀਂ ਮੈਨੂੰ ਕੋਈ ਕਾਲ ਕਰੇਗਾ ਓਪਰੇਸ਼ਨ ਤੋਂ ਬਾਅਦ ਸਾਡੀ ਟੀਮ ਨੂੰ, ਅਸੀਂ ਉਹ ਦੱਸ ਦਿਆਂਗੇ ਵੀ ਅਸੀਂ ਕਿੱਦਾਂ ਹੈਲਪ ਕਰਦੇ ਹਾਂ। ਅਤੇ ਤੁਸੀਂ ਜਿਹੜੇ ਪੇਸ਼ੈਂਟਸ ਹੈਲਪ ਲੈ ਕੇ ਵਾਪਸ ਗਏ ਸਰਜਰੀ ਕਰਾ ਕੇ, ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰਕੇ ਉਹਨਾਂ ਨੂੰ ਵੀ ਸਾਰੇ ਵਿਊਜ਼ ਲੈ ਸਕਦੇ ਹੋ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਕਸਮਾ ਕੱਢਿਆ ਸਾਡੇ ਚੈਨਲ ਦੇ ਲਈ, ਅਤੇ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਵੇਟ ਲੋਸ ਸਰਜਰੀ ਬਾਰੇ, ਇਸ ਦੇ ਬਾਰੇ ਇਨਫੋਰਮੇਸ਼ਨ ਸਾਂਝੀ ਕੀਤੀ ਹੈ। ਅੰਤ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੁਝ ਐਡ ਕਰਨਾ ਚਾਹੋਗੇ, ਖਾਸ ਤੌਰ 'ਤੇ ਸਾਡੇ ਵਿਊਅਰਸ ਦੇ ਲਈ? ਹਾਂਜੀ, ਬਹੁਤ ਸਾਰੇ ਸਾਨੂੰ ਕਾਲਸ ਜਾਂ ਮੈਸੇਜਿਸ ਆਉਂਦੇ, ਈਮੇਲਸ ਵੀ ਆਉਂਦੀਆਂ ਜਿਹੜੇ ਇੰਟਰਸਟਿਡ ਲੋਕਾਂ ਨੂੰ, ਤਾਂ ਉਹਨਾਂ ਮਨ 'ਚ ਇਹੀ ਹੁੰਦਾ ਵੀ ਸਰਜਰੀ ਦਾ ਰਿਸਕ ਬਹੁਤ ਹੁੰਦਾ, ਲੋਕਾਂ ਨੂੰ ਡਰ ਬਹੁਤ ਹੁੰਦਾ। ਉਹਦੇ ਵਾਸਤੇ ਇੱਕ ਸਾਡਾ ਯੂਟਿਊਬ ਦਾ ਚੈਨਲ ਵੀ ਹੈ ਮੇਰੇ ਆਪਣੇ ਨਾਂ 'ਤੇ, ਡਾਕਟਰ DRGS ਜੰਮੂ ਦੇ ਨਾਂ 'ਤੇ, ਤੁਸੀਂ ਵਿਜ਼ਿਟ ਕਰੋ, ਤੁਹਾਨੂੰ ਬਹੁਤ ਸਾਰੇ ਉੱਥੇ ਸਾਡੇ ਟੈਸਟੀਮੋਨੀਅਲਸ ਮਿਲ ਜਾਣਗੇ, ਲੋਕਾਂ ਦੇ ਵਿਊਜ਼ ਪਾਏ, ਆਪਣੇ ਫੋਨ ਨੰਬਰਸ ਵੀ ਦਿੱਤੇ ਆ ਜਿਨ੍ਹਾਂ ਨੇ ਸਰਜਰੀ ਹੁਣ ਕਰਾਈ ਆ ਜਾਂ ਅੱਜ ਤੋਂ 10 ਸਾਲ ਪਹਿਲੇ ਵੀ ਕਰਾਈ ਹੈ। ਤੁਸੀਂ ਉਹਨਾਂ ਨੂੰ ਮਿਲੋ, ਗੱਲਬਾਤ ਕਰੋ, ਉਹਨਾਂ ਦੇ ਵਿਊਜ਼ ਲਓ, ਜਿਹੜੇ ਤੁਹਾਡੇ ਮਨ 'ਚ ਵਹਿਮ ਹੈ ਤੁਸੀਂ ਪਹਿਲੇ ਉਹਨਾਂ ਨੂੰ ਕਲੀਅਰ ਕਰੋ, ਫਿਰ ਤੁਸੀਂ ਸਾਨੂੰ ਕੰਟੈਕਟ ਕਰੋ, ਆਪਣੇ ਆਪ ਤੁਹਾਡੇ ਜਿਹੜੇ ਦਲੇਰੀ ਆ ਤਾਂ ਆ ਜਾਏਗੀ, ਤੁਹਾਡੇ ਮਨ 'ਚ ਜਿਹੜੇ ਵਹਿਮ ਹੈ ਡਾਊਟਸ ਆ ਉਹ ਤੁਹਾਡੇ ਨਿਕਲ ਜਾਣਗੇ। ਫਿਰ ਵੀ ਤੁਹਾਡੇ ਮਨ 'ਚ ਕੋਈ ਵਹਿਮ ਹੈ ਰਿਲੇਟਡ ਟੂ ਵੇਟ ਲੋਸ ਸਰਜਰੀ, ਤੁਸੀਂ ਮੈਨੂੰ ਜਾਂ ਸਾਡੀ ਟੀਮ ਨੂੰ ਕਾਲ ਕਰੋ, ਅਸੀਂ ਤੁਹਾਡੇ ਸਾਰੇ ਕੁਐਸਚਨਸ ਦਾ ਆਨਸਰ ਅਸੀਂ ਦਿਆਂਗੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਸੋ ਹੁਣ ਤੱਕ ਲਈ ਬਸ ਇੰਨਾ ਹੀ, ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਰੱਖੋ ਆਪਣਾ ਖਿਆਲ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।